हां जी सत श्रीकाल जी, की हाल जी। असि आ गए जी मेन रोड जैन, 106 किलोमीटर रह गया, नवा रोड बनया बिलकुल साफ। एक सड़क इधर है, एक उधरले बनया, एन साफ बिलकुल साफ रोड। हरी खलोती आ गई, लोग 15-20 दिन ले जाने निर्माण नाल, 15 दिन। किते किते पक्की भी आ, किते हरी भी आ। ओ अगे दिसी जांदी ओ पक्की आ, आ हरी आ। बाकी रोड वाले वट कड्डे पे, टूल आले तो फिर कटने ही कटने, घटो घट 8-9 रुपया टुका हो टूल। हाँ आ जाती रोड पुलिस। एक 173 नंबर एमरजेंसी कॉल। हाँ लो पक्की खलौती कणक आतनिया जी एक बन्ने। ਕਿਤੇ ਵਿੱਚ ਵਿੱਚ ਪੱਕੀ ਹੋਈ ਆ, ਕਿਤੇ ਹਰੀ ਆ, ਵਿੱਚ ਧਨੀਆ ਗੰਢੇ ਲਸਣ ਬਹੁਤ ਕੁਛ ਬੀਜਦੇ। NH4 ਹਾਈਵੇ ਆ, ਬਾਕੀ ਹੁਣ ਪਹੁੰਚ ਕੇ ਚਲਾਵਾਂਗੇ ਕਰਮ ਵਾਲੀ ਨੂੰ, ਫਿਰ ਪਤਾ ਲੱਗੂ ਕਿ ਕਿਵੇਂ ਚੱਲਦੀ। ਰੋਡ 'ਤੇ ਤਾਂ ਬਹੁਤ ਵਧੀਆ ਚੱਲਦੀ, ਐਨ ਨਜ਼ਾਰੇਦਾਰ ਕੰਮ, 1 ਨੰਬਰ। ਸਰੋਂ ਇੱਥੇ ਇੱਥੇ ਘੱਟ ਆ, ਜਿੱਥੇ ਆਪਾਂ ਜਾਣਾ ਉੱਥੇ ਸਰੋਂ ਵਾਧੂ ਆ। ਇੱਥੇ ਛੋਲੇ ਕਣਕ ਸਰੋਂ ਘੱਟ ਆ ਇੱਥੇ ਬਸ। ਰੋਡ ਵਾਲਾ ਕੰਮ
ਨਾ ਮੈਨੂੰ ਬਹੁਤ ਵਧੀਆ ਲੱਗਾ ਵੈ ਬਾ ਕਣਕ ਵੀ ਤਿਆਰ ਹੀ ਸਮਝੋ ਆ ਸਰੋਂ ਸਰੋਂ ਤਾਂ ਨਿਕਲੀ ਪਈ ਏ ਕਿਤੇ ਹਰੀ ਆ ਕਿਤੇ ਕੰਮ ਚੱਲੀ ਚੱਲਣ ਨੂੰ ਤਿਆਰ ਆ ਬਸ ਅੱਗੇ ਮਾਮਾ ਹੋਟਲ ਆਉਣਾ ਜੀ 5 ਕਿਲੋਮੀਟਰ ਦੇ ਨਾਲੇ ਟੂਲ ਉਹ ਆਉਣਾ ਏ ਪੈਟਰੋਲ ਪੰਪ ਪਾਉਂਦੀ ਹੈ ਬਿਜਲੀ ਇਹ ਵੇਖਣ ਨੂੰ ਛੋਟੇ ਛੋਟੇ ਜਾਪਦੇ ਪਰ ਹੈ ਬਹੁਤ ਵੱਡੇ ਨੇ ਟਰਾਲਿਆਂ ਦੇ ਅਸੀਂ ਵੇਖੇ ਇਹਨਾਂ ਦੇ ਪਰਜੇ ਟੰਗੇ ਹੋਏ ਤੇ ਬਹੁਤ ਵੱਡੇ ਨੇ ਟੈਂਪਰੇਚਰ ਹੈਗਾ 30-39 ਇੰਨਾ ਕੁ ਬਸ ਆਉਣ ਵਾਲੇ ਦਿਨਾਂ 'ਚ ਇੱਥੇ 35-36-37 ਡਿਗਰੀ ਟੈਂਪਰੇਚਰ ਹੋ ਜਾਣਾ ਟੈਂਪਰੇਚਰ ਅੱਗੇ ਵਿਖਾਉਣਾ ਪਿਆ ਵੈਦਰ 'ਤੇ ਬਾਕੀ 1 ਨੰਬਰ ਕੰਮ ਆ ਇੰਜਣ ਵਾਲਾ ਕੰਮ ਬਹੁਤ ਵਧੀਆ ਲੱਗਾ ਦਿਖਾਵਾਂਗੇ ਤੁਹਾਨੂੰ ਅੱਗੇ ਦਾ ਸਫ਼ਰ ਵੇਖਦੇ ਰਿਹਾ ਜੇ ਵੀਡੀਓ